ਲੇਡੀ ਜੋ ਔਰਤ ਥੀ ਜਬ ਘਾਸ ਕੱਟਣ ਨੇ ਗਈ ਉਹਨੇ ਦੇਖਿਆ ਵੀ ਕੁਛ ਐਸੀ ਜੋ ਤੇਂਦਵਾ ਵਗੈਰਾ ਐਸਾ ਕੁਛ ਚੀਜ਼ ਦਿਖਾਈ ਉਹਨੇ ਦੀ ਉਸਕੋ ਦੇਖ ਕਰ ਬੇਹੋਸ ਹੋ ਗਈ ਉਹਨੇ ਗਾਂਵ ਮੈਂ ਜਾ ਕੇ ਬਤਾਇਆ ਤੋ ਗਾਂਵ ਕੇ ਧੂਮ ਸੀਗੇ ਸਰਪੰਚ ਨੇ ਬੀ ਡੀ ਓ ਸਾਹਿਬ ਕੋ ਫੋਨ ਕਰਿਆ ਬੀ ਡੀ ਓ ਸਾਹਿਬ ਨੇ ਫਿਰ ਇਨਕੇ ਵਾਈਲਡ ਲਾਈਫ ਵਾਲਾ ਫਿਰ ਫੋਨ ਕਰਿਆ ਵੀ ਐਸੇ ਐਸੇ ਕਰਕਾ ਗਾਂਵ ਧੂਮ ਸੀਮਾ ਰੁਬੜਨ ਦੀ ਸੀਮਾ ਪਰ ਇੱਥੋਂ ਮੈਂ ਵੀ ਤੇਂਦਵਾ ਪ੍ਰਕਾਰ ਕੋਈ ਚੀਜ਼ ਗਿਆ ਜਿਸ ਨੇ ਲੇਡੀਜ਼ ਔਰਤੋਂ ਨੇ ਦੇਖਿਆ ਜੋ ਖੇਤੋਂ ਮੈਂ ਕੰਮ ਕਰੀ ਉਸਨੇ ਕੋਈ ਦਿਨ ਮੈਂ ਜੰਗਲੀ ਜਾਨਵਰ ਦੇਖਾ ਬਤਾਇਆ ਕਿ ਕੋਈ ਪੈਂਥਰ ਟਾਈਪ ਦਾ ਜਾਨਵਰ ਆਇਆ ਉਸਕੇ ਲਈ ਪਿੰਜਰਾ ਲਗਾਇਆ ਗਿਆ ਅੱਛਾ ਜੀ ਮੇਰੇ ਪਾਸ ਨਾ ਗਾਂਵ ਕੇ ਜਿਸਕਾ ਖੇਤ ਥਾ ਉਸਨੇ ਸੂਚਨਾ ਦੀ ਥੀ ਉਸਕੇ ਬਾਅਦ ਮੇਰੇ ਜੋ ਇੰਦਰੀ ਮਾਰੋ ਸਾਹਿਬ ਬੈਠੇ ਉਨਕੀ ਤਰਫ ਸੇ ਫੋਨ ਆਇਆ ਕਿ ਗਾਂਵ ਧੂਮਸੀ ਕੇ ਖੇਤੋਂ ਮੈਂ ਤੇਂਦਵਾ ਦਿਖਾਈ ਦਿਆ ਗਿਆ ਤੁਰੰਤ ਬਾਅਦ ਮੈਂ ਆਪਣੀ ਟੀਮ ਕੋ ਲੇ ਕਰ ਯਹਾਂ ਪਹੁੰਚਾ ਖੇਤੋਂ ਮੈਂ ਸਰਵੇ ਕੀਆ ਉਸਕੇ ਬਾਅਦ ਯਹਾਂ ਪੇ ਮੈਨੇ ਪਿੰਜਰਾ ਲਗਾ ਦਿਆ ਜਿਸਮੇ ਸ਼ਾਮ ਕੋ ਬੱਕਰੀ ਬਾਂਧ ਦੀ ਜਾਏਗੀ ਬੱਕਰੀ ਮਾਰੇ ਸਾਥ ਮੇ ਇਸ ਟਾਈਮ ਸ਼ਾਮ ਕੋ 7 ਵਜੇ ਸੇ ਔਰ ਸੁਬਹ ਕੇ 7 ਵਜੇ ਤੱਕ ਮੈਂ ਇਸਕੇ ਅੰਦਰ ਬੱਕਰੀ ਰੱਖੇਂਗੇ ਅਗਰ ਜਾਨਵਰ ਇਸਮੇ ਫਸ ਜਾਤਾ ਹੈ ਤੋ ਠੀਕ ਹੈ ਨਹੀਂ ਤੋ 2 ਦਿਨ 4 ਦਿਨ ਜਿਤਨਾ ਵੀ ਹੋਗਾ ਹਮ ਪਿੰਜਰਾ ਲਗਾਏਂਗੇ ਸੰਭਾਵਨਾ ਕਿ 2-4 ਦਿਨ ਕੇ ਅੰਦਰ ਅੰਦਰ ਵੋ ਫਸ ਜਾਏਗਾ